ਕੈਟੇਗਰੀ ਦੇ ਉੱਪਰ ਸੀ ਜੋ ਹੇਠਾਂ ਆ ਗਿਆ ਅਤੇ ਲੋਕਾਂ ਨੂੰ ਲੂ ਦੇ ਨਾਲ ਗਰਮੀ ਤੋਂ ਵੀ ਰਾਹਤ ਮਿਲੀ ਹੈ। ਪਰ ਤੇਜ਼ ਤੂਫਾਨ ਅਤੇ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਇਹ ਤੂਫਾਨ ਅਤੇ ਮੀਂਹ ਇੰਨੀ ਤੇਜ਼ ਸੀ ਕਿ ਇੱਕ ਵਾਰ ਤਾਂ ਸਭ ਕੁਝ ਰੁਕ ਗਿਆ ਅਤੇ ਬੱਤੀ ਵੀ ਗੁੱਲ ਹੋ ਗਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਫਸਲ ਜਿਹੜੀ ਪੱਕੀ ਫਸਲ ਹੈ ਉਸਦਾ ਕਿੰਨਾ ਨੁਕਸਾਨ ਹੋਇਆ। ਬੀਤੇ 2 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਹਨੇਰੀ ਤੂਫਾਨ ਆਇਆ ਹੋਇਆ ਜਿਸ ਕਾਰਨ ਕਿਸਾਨ ਅਤੇ ਆਮ ਲੋਕ ਬਹੁਤ ਪਰੇਸ਼ਾਨ ਨੇ। ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰੰਤੂ ਕਿਸਾਨਾਂ ਦੀ ਜਿਹੜੀ ਪੱਕੀ ਫਸਲ ਹੈ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਖੜ੍ਹੀ ਫਸਲ 'ਤੇ ਪਿਆ ਇਹ ਮੀਂਹ ਬਹੁਤ ਨੁਕਸਾਨਦਾਇਕ ਹੈ ਅਤੇ ਦੂਜੇ ਪਾਸੇ ਦੇ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਮੰਡੀਆਂ ਦੇ ਵਿੱਚ ਪਈ ਕਣਕ ਵੀ ਬਹੁਤ ਹੱਦ ਤੱਕ ਖਰਾਬ ਹੋ ਚੁੱਕੀ ਹੈ। ਕਹਿ ਰਿਹਾ ਭਾਈ ਦੇਖ ਰਹੇ ਉੱਪਰ ਨੂੰ ਵੀ ਚਲੋ ਹਟੂਗੀ ਹਟੂਗੀ ਪਰ ਇਹ ਵਰਖਾ ਹਟਣੀ ਦੇ ਇਹ ਮਤਲਬ ਨੁਕਸਾਨ ਹੀ ਨੁਕਸਾਨ ਹੈਗਾ। ਦਾਣੇ ਕਾਲੇ ਹੋ ਜਾਣੇ ਜੋ ਖੇਤਾਂ 'ਚ ਜੀ ਕਣਕ ਡਿੱਗੇ ਵੀ ਹੈ ਉਹ ਵੀ ਪਾਣੀ 'ਚ ਖਰਾਬ ਹੋਈ ਨੁਕਸਾਨ ਹੈ। ਹੁਣ ਬਾਰਿਸ਼ ਲੱਗ ਰਹੀ ਬਾਰਿਸ਼ ਦੇਖ ਰਹੇ ਵੀ ਕਦ ਹਟ ਰਹੀ ਹੈ।